राजा यार दे दीदार, आजा यार दे दीदार। रेडी 1 2 3 4 टन। कोई पक्खा हवा देंदा है, कोई पक्खा हवा देंदा, जेड़ा साडे ढाबे ते आए, जेड़ा साडे ढाबे ते आए, गबरू रोटी खवा देंदा है, गबरू रोटी खवा देंदा। तेरे बिना रांझना वे खीर केड़े कम दी हो। क्यों की वीरा हुण तुहानू असीं दस्स वी दिंदे हां ਬਈ ਸਾਡੇ ਢਾਬੇ 'ਤੇ ਕੌਣ ਆਇਆ। ਭਰਾਵੋ ਅਤੇ ਭੈਣੋ ਇੱਧਰ ਆਵੋ, ਕਿਉਂਕਿ ਗੱਭਰੂ ਢਾਬੇ 'ਤੇ ਜੋ ਆਇਆ ਉਹਨਾਂ ਲਈ ਮੈਂ ਕੁਝ ਅਰਜ਼ ਕਰਨਾ ਚਾਹੂੰਗਾ। ਮੈਨਿਊ ਦੇ ਵਿੱਚ 110 ਰੁਪਏ ਦਾ ਹੈ ਬਫੇ, ਮੈਨਿਊ ਦੇ ਵਿੱਚ 110 ਰੁਪਏ ਦਾ ਹੈ ਬਫੇ ਅਤੇ 60 ਰੁਪਏ ਦੀ ਥਾਲੀ। 110 ਰੁਪਏ ਦਾ ਬਫੇ, 60 ਰੁਪਏ ਦੀ ਥਾਲੀ, ਗੱਭਰੂ ਢਾਬੇ 'ਤੇ ਆਏ ਨੇ ਲਖਵਿੰਦਰ ਵੜਾਲੀ ਜੀ। ਪਹਿਲਾਂ ਤਾਂ ਮੈਂ ਵੈਲਕਮ ਕਰਦਾ ਤੁਹਾਡਾ। ਭੁੱਖ ਤੇ ਯਾਰ ਮੈਨੂੰ ਵੀ ਲੱਗੀ ਹੈ, ਯੂਥ ਭੁੱਖ ਲੱਗੀ ਹੈ। ਅੱਛਾ ਖਵਾ ਦਾਂਗੇ। ਪਹਿਲਾਂ ਦੇਖੋ ਯੂਥ ਢਾਬਾ ਕਮੇਟੀ ਲਾਈਵ ਇਨ ਕੰਸਰਟ, ਲਖਵਿੰਦਰ ਵੜਾਲੀ ਜੀ, ਗੱਭਰੂ ਢਾਬਾ ਪ੍ਰੈਜ਼ੀਡੈਂਟ ਸਾਹਿਬ ਗੱਭਰੂ, ਗੱਭਰੂ ਵਾਈਸ ਪ੍ਰੈਜ਼ੀਡੈਂਟ ਗੱਭਰੂ, ਚੇਅਰਮੈਨ ਗੱਭਰੂ, ਜਨਰਲ ਸੈਕਟਰੀ, ਕੈਸ਼ੀਅਰ, ਔਰਗਨਾਈਜ਼ਰ, ਸਾਰਾ ਕੁਛ ਅਸੀਂ ਹਾਂ ਭਾਜੀ। ਪਹਿਲਾਂ ਤੁਸੀਂ ਸ਼ੁਰੂਆਤ ਕਰੋ, ਰੋਟੀ ਤਾਂ ਤੁਹਾਨੂੰ ਆਪੇ ਹੀ ਖਿਲਾਵਾਂਗੇ, ਦੇਖਿਓ ਫਿਰ। ਅੱਛਾ ਚਲੋ ਠੀਕ, ਟੱਪੇ ਨਾ ਸ਼ੁਰੂਆਤ ਕਰੋ, ਟੱਪੇ। ਅੱਛਾ ਮਤਲਬ ਟੱਪੇ ਸੁਣਾਊਂਗਾ ਤੇ ਫਿਰ ਹੀ ਮਤਲਬ ਮੈਨੂੰ ਜਿਹੜੀ ਆ ਰੋਟੀ ਮਿਲੂਗੀ। ਹਾਂ ਟੱਪੇ ਨਾ, ਚਲੋ ਠੀਕ ਹੈ। ਮੈਂ ਟੱਪੇ ਠੀਕ ਹੈ। ਕੋਈ ਪੱਖਾ ਹਵਾ ਦਿੰਦਾ ਹੈ, ਕੋਈ ਪੱਖਾ ਹਵਾ ਦਿੰਦਾ, ਜਿਹਨੇ ਇੱਕ ਨਸੀਬ ਹੋਵਣ ਤੇ ਚੰਗੇ ਯਾਰ ਖੁਦਾ ਦਿੰਦਾ ਹੋ, ਚੰਗੇ ਯਾਰ ਖੁਦਾ ਦਿੰਦਾ। ਕੋਈ ਪੱਖਾ ਹਵਾ ਦਿੰਦਾ ਤੇ ਗੱਭਰੂ ਢਾਬੇ 'ਤੇ ਆਓ, ਤੁਹਾਨੂੰ ਰੋਟੀ ਖਵਾ ਦਿੰਦਾ। ਵਾਹ ਭਾਜੀ, ਇਹ ਦੇਖੋ, ਇਹ ਤਾਂ ਸਾਡੀ ਕ੍ਰੀਏਟੀਵਿਟੀ ਹੈ। ਪੱਖਾ ਹਵਾ ਦਿੰਦਾ, ਇੱਥੇ ਛੋਲੇ ਆ ਗਏ ਭਾਜੀ, ਆਹ ਦੇਖੋ। ਹਾਏ ਹਾਏ ਭੁੱਖ ਲੱਗੀ ਆ, ਪੂਰੀਆਂ ਫਰੈਸ਼ ਭਾਜੀ, ਹਾਂ ਸੈਲਡ, ਤੁਹਾਡਾ ਜ਼ਹਿਰ ਸੁੱਕ ਜੇ, ਤੇ ਆਹ ਹਲਵਾ। ਆਹਾ ਹਾ ਭਾਜੀ, ਆਹਾ, ਤੁਸੀਂ ਆਹ ਦੱਸੋ, ਤੁਸੀਂ ਕਿਹਦੇ ਨਾਲ ਸ਼ੁਰੂਆਤ ਕਰੋਗੇ ਭਾਜੀ? ਕਿਹਦੇ ਨਾਲ ਸ਼ੁਰੂਆਤ ਕਰੋ? ਹਾਂ ਆਹ ਸਾਰਾ ਕੁਛ ਤੁਹਾਡਾ ਹੈ। ਅੱਛਾ ਜੀ, ਆ ਲਓ ਜੀ। ਅੱਛਾ ਜੀ, ਸਟਾਰਟ ਕਰੋ, ਪਹਿਲਾਂ ਸਾਨੂੰ ਖਾ ਕੇ ਦੱਸੋ ਤੁਹਾਨੂੰ ਖਾਣਾ ਕਿੱਦਾਂ ਦਾ ਲੱਗਿਆ, ਕਿਹੋ ਜਿਹਾ ਲੱਗਿਆ, ਫਿਰ ਉਹ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਨੂੰ ਇਸ਼ਕਾ ਸੌਂਗ ਕਿੱਦਾਂ ਦਾ ਲੱਗਿਆ। ਸੱਚੀ ਗੱਲ ਹੈ? ਹਾਂ, ਨਹੀਂ ਕਨਫਿਊਜ਼ ਹੋ ਗਏ, ਇੰਨਾ ਕੁਛ ਆ ਗਿਆ ਨਾ। ਤੇ ਇੱਧਰ ਕਰੋ, ਹਾਂ ਮਿੱਠਾ ਸ਼ੁਰੂਆਤ ਨਾ ਕਰੋ ਕੁਛ ਖਾਣ ਨਾਲ, ਨਹੀਂ ਤਾਂ ਮਿੱਠਾ ਥੋੜ੍ਹਾ ਜਿਹਾ ਇੱਧਰ ਕਰੋ ਨਾ। ਚਲੋ ਠੀਕ ਹੈ, ਦੇਖੋ ਸਿਆਣੇ ਕਹਿੰਦੇ ਮਿੱਠੇ ਤੋਂ ਸ਼ੁਰੂਆਤ ਕਰਨੀ ਚਾਹੀਦੀ। ਸਿਆਣੇ ਕਹਿੰਦੇ ਭਾਜੀ, ਅਸੀਂ ਸਿਆਣੇ ਹੈ ਹੀ ਨਹੀਂ, ਮੈਂ ਤਾਂ ਕਰਦੇ, ਮੈਨੂੰ ਕਹਿੰਦੇ ਸੀ ਕਿ ਬਈ ਤੇਰੀ ਨਿਆਣੀ ਮਤ ਹੈ, ਨਿਆਣਾ। ਹਾਂ ਬਿਲਕੁਲ, ਹਾਂ ਦੇਖੋ, ਤੇ ਨਿਆਣੇ ਕਹਿੰਦੇ ਨੇ ਮਿੱਠੇ ਤੋਂ ਸ਼ੁਰੂਆਤ ਨਹੀਂ, ਸ਼ੁਰੂਆਤ ਛੋਲਿਆਂ ਤੋਂ ਕਰੀ ਦੀ ਭਾਜੀ, ਤੁਸੀਂ ਪਹਿਲਾਂ ਖੱਟਾ ਖਾਓ ਫਿਰ ਮਿੱਠਾ ਮੈਂ ਤੁਹਾਨੂੰ ਆਪ ਖਿਲਾਊਂਗਾ। ਅੱਛਾ ਚਲੋ ਠੀਕ ਹੈ ਜੀ, ਚਲੋ ਫਿਰ ਇੱਦਾਂ ਕਰਦਾ ਮੈਂ, ਖੱਟੇ ਤੋਂ ਹੀ ਸ਼ੁਰੂ ਕਰ ਲੈਂਦਾ, ਮਿੱਠੇ ਤਾਂ ਨਾ ਇਹਨਾਂ ਨੇ ਖੱਟਾ ਰਹਿੰਦਾ। ਚਲੋ ਭਾਈ ਤੁਸੀਂ ਮਿੱਠੇ ਨਾਲ ਸ਼ੁਰੂਆਤ ਕਰੋ, ਆ ਲਓ ਜੀ ਪਲੇ ਚਮਚ, ਅੱਜ ਮਿੱਠਾ ਮੈਂ ਤੁਹਾਨੂੰ ਖਾਣ ਨਹੀਂ ਦੇਣਾ ਭਾਜੀ। ਕਿਉਂ, ਕਿਹਨੇ ਖਬਰ ਦੇ ਦਿੱਤੀ ਤੁਹਾਨੂੰ ਕਿ ਬਈ ਮਿੱਠਾ ਮੋਟਾ ਜ਼ਿਆਦਾ ਖਾਂਦਾ? ਨਹੀਂ, ਇਹ ਹੁਣ ਕਿੱਥੋਂ ਸ਼ੁਰੂ ਕਰਾਂ? ਜੇ ਤੁਹਾਨੂੰ ਸ਼ੁਰੂ ਕਰੋ ਫਿਰ ਆਪਾਂ, ਫਿਰ ਦੇਖੋ ਤੁਸੀਂ ਮਿੱਠਾ ਖਾਧਾ ਸੀ ਖੀਰ, ਤੇ ਹੁਣ ਮੈਂ ਮਿੱਠਾ ਖਾਣ ਲੱਗਾ ਕੜਾਹ, ਤੇ ਕਿੱਥੋਂ ਸ਼ੁਰੂ ਕਰਾਂ? ਸੱਚੀ ਕਰਾਂ? ਕਰੋ ਭਾਜੀ ਕਰੋ। ਨਹੀਂ ਇਹ ਭਾਜੀ ਸੱਚੀ ਖਾਣਾ ਪੈਂਦਾ? ਇਹ ਸੱਚੀ ਖਾਣਾ ਪੈਂਦਾ ਭਾਜੀ। ਪੂੜੀਆਂ ਦੀ
ਭਾਅ ਜੀ ਇਹਨਾਂ ਦੀ ਸੋਨਾ ਖਵਾ, ਬਸ ਤੁਸੀਂ ਖਾ ਕੇ ਮੈਨੂੰ ਦੱਸੋ ਸਵਾਦ ਕਿੱਦਾਂ ਦਾ ਲੱਗਿਆ। ਮੇਰਾ ਬਸ ਮੈਨੂੰ ਜੀ ਕਰ ਰਿਹਾ ਇਸ਼ਕਾ ਗਾਣਾ ਵੀ ਤੁਹਾਡੇ ਤੋਂ ਸੁਣੂੰਗਾ, ਕਿਉਂਕਿ ਨਵਾਂ ਸੌਂਗ ਆਇਆ ਅਤੇ ਮਜ਼ਾ ਬਹੁਤ ਆ ਰਿਹਾ ਸੁਣ ਕੇ। ਅਤੇ ਇੱਕ ਨਾ ਮੇਰੇ ਮਨ 'ਚ ਇੱਕ ਸਵਾਲ ਵੀ ਸੀ ਭਾਅ ਜੀ, ਨਾਰਾ ਆ ਗਿਆ ਇੱਦਾਂ ਦਾ ਹੀ ਸਵਾਲ ਸਾਨੂੰ ਆਇਆ ਤੁਹਾਡਾ ਗਾਣਾ ਸੁਣ ਕੇ ਇਸ਼ਕਾ। ਭਾਅ ਜੀ ਹੁਣ ਇਸ਼ਕਾ ਸੁਣਾ ਦਿਓ ਸੌਂਗ ਮੈਨੂੰ। ਇਸ਼ਕ ਦੇ ਲੱਗਿਆ ਦਾ ਜਗਣਾ ਨਾ ਸੋਹਣਾ ਹੁੰਦਾ ਏ, ਅੱਖੀਆਂ ਨੇ ਤਾਂ ਰੋਣਾ ਹੀ ਰੋਣਾ, ਦਿਲ ਵੀ ਰੋਂਦਾ ਏ, ਟਾਣੀਓ ਟੁੱਟੇ ਫੁੱਲਾਂ ਦੇ ਵਾਂਗੂ ਸੁੱਕਣਾ ਚਾਹੁੰਦਾ ਨਹੀਂ, ਦਿਲ ਸੁੱਕਣਾ ਚਾਹੁੰਦਾ ਨਹੀਂ, ਮੈਂ ਤੇਰੀ ਮੰਨਾ ਯਾ ਦਿਲ ਦੀ ਮੰਨਾ, ਟੁੱਟਣਾ ਚਾਹੁੰਦਾ ਨਹੀਂ, ਦਿਲ ਟੁੱਟਣਾ ਚਾਹੁੰਦਾ ਨਹੀਂ। ਇਹ ਆਪਣੇ ਕੋਲੋਂ ਐਡ ਆਨ ਕੀਤਾ ਵੈਸੇ, ਮੈਂ ਉਹ 'ਚ ਹੈ ਨਹੀਂ ਸੀ ਵੈਸੇ, ਸਾਰਾ ਤੁਹਾਡੀਆਂ ਪੂੜੀਆਂ ਦਾ ਕਮਾਲ ਹੈ। ਪੂੜੀਆਂ ਬਹੁਤ ਕੁਛ ਕਰਾ ਦਿੰਦੀਆਂ ਬਾਜੀ, ਅਤੇ ਖੀਰ ਮੈਂ ਤਾਂ ਰੁਕਿਆ ਨਹੀਂ ਜਾ ਰਿਹਾ, ਹੋਏ ਹੋਏ, ਅਤੇ ਮੈਂ ਸੋਚਿਆ ਹੁਣ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ। ਹਾਂ ਬਿਲਕੁਲ, ਬ੍ਰੇਕ ਦੇ ਵਿੱਚ ਅਸੀਂ ਸਾਰਾ ਕੁਛ ਮਿਟਾ ਦਾਂਗੇ, ਆ ਜਾਓ ਫਿਰ ਨਵੇਂ ਗਾਣੇ ਨਵੀਆਂ ਗੱਲਾਂ। ਹੁਣ ਹੋਏਗਾ ਮੁਕਾਬਲਾ, ਮੁਕਾਬਲਾ ਹੋਊਗਾ, ਪਹਿਲਾਂ ਅਸੀਂ ਗਾਣੇ ਦਾ, ਹੁਣ ਹੋਏਗਾ ਖਾਣੇ ਦਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ, ਅਤੇ ਬ੍ਰੇਕ ਦੇ ਵਿੱਚ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਆਹ ਜਿਹੜੀ ਖਾਣ ਪੀਣ ਦੀ ਚੀਜ਼ਾਂ ਸੀ, ਜਿਹੜਾ ਮੇਰਾ ਡੱਬਾ ਸੀ, ਮੇਰੇ ਤੋਂ ਹੋਰ ਦੂਰ ਹੋ ਗਿਆ ਹੈ ਭਾਅ ਜੀ, ਖੋਹ ਲਿਆ ਗਿਆ, ਖੋਹ ਲਿਆ ਗਿਆ, ਅਤੇ ਖੀਰ ਮੇਰੇ ਕੋਲ ਹੈ ਬਸ, ਅਤੇ ਖੀਰ ਦੇ ਸਾਰੇ ਅੱਜ ਮੈਂ ਪੂਰਾ ਐਪੀਸੋਡ ਕੱਢ ਦੂੰਗਾ। ਤੁਸੀਂ ਦੇਖੋ ਜੀ ਕੀ ਹੀਰ ਤੋਂ ਕੀਤੀ ਸੀ ਖੀਰ, ਖੀਰ ਤਾਂ ਭਾਅ ਜੀ ਹੀਰ ਤਾਂ ਸਾਡੇ ਨੇੜੇ ਕਦੇ ਲੱਗੀ ਨਹੀਂ। ਕਹਿੰਦੇ ਨਾ ਕਹਿੰਦੇ ਬਈ ਕੋਈ ਨਾ ਕੋਈ ਸਹੇਲੀ, ਕੋਈ ਨਾ ਕੋਈ ਕੁੜੀ ਬੰਦੇ ਨੂੰ ਲੱਭ ਜਾਂਦੀ ਹੈ ਨਾ ਆਪਣੇ ਜਵਾਨੀ ਦੇ ਦੌਰ ਵਿੱਚ। ਤੁਸੀਂ ਹਜੇ ਵੀ ਜਵਾਨ ਹੋ, ਮੈਂ ਵੀ ਜਵਾਨ ਹਾਂ, ਕਿਰਪਾ ਕਰੇ ਤੁਹਾਨੂੰ ਜਲਦੀ। ਮਹਾਰਾਜ ਕਿਰਪਾ ਹੀ ਨਹੀਂ ਕਰ ਰਹੇ ਭਾਅ ਜੀ, ਪ੍ਰੋਬਲਮ ਇੱਥੇ ਹੈ, ਮੈਂ ਹੀਰ ਹੀਰ ਕਰਦਾ, ਸਿਰਫ ਇਕੱਲੇ ਖੀਰ ਜੋਗਾ ਰਹਿ ਗਿਆ, ਮੈਨੂੰ ਕੋਈ ਕੁੜੀ ਲੱਭੀ ਨਹੀਂ। ਚਲੋ ਕੋਈ ਨਹੀਂ, ਤੁਹਾਡੀ ਰਵੇ ਨਾ ਦੂਰੀ ਤੇ ਤੁਹਾਨੂੰ ਕੋਈ ਹੀਰ ਖਵਾਵੇ ਚੂਰੀ। ਵਾਹ 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 ਭਾਅ ਜੀ, ਤੇ ਫਿਰ ਹੋਵੇ ਤੁਹਾਡੀ ਮਨਜ਼ੂਰੀ, ਹੀਰ ਵੀ ਆ ਗਈ, ਚੂਰੀ ਵੀ ਆ ਗਈ, ਜਿਹੜੀ ਚੀਜ਼ਾਂ ਮੈਨੂੰ ਚਾਹੀਦੀਆਂ ਖਾਣ ਦੀਆਂ, ਹੀਰ ਹੂਰ ਸਾਰਾ ਕੁਛ ਆ ਗਿਆ ਭਾਅ ਜੀ। ਇੱਦਾਂ ਹੀ ਇੱਦਾਂ ਹੀ ਤੁਸੀਂ ਆਪਣੇ ਬਾਰੇ ਦੱਸੋ ਭਾਅ ਜੀ, ਜਿੱਦਾਂ ਜਦੋਂ ਤੁਸੀਂ ਸਟਾਰਟ ਕੀਤਾ ਜੀ ਸਿੰਗਿੰਗ, ਹੈ ਨਾ, ਸਿੰਗਿੰਗ ਸਟਾਰਟ ਕੀਤੀ, ਇੱਕ ਤਾਂ ਵਿਰਾਸਤ 'ਚ ਤੁਹਾਨੂੰ ਮਿਲੀ ਹੈ ਸਿੰਗਿੰਗ, ਹੈ ਨਾ। ਹਾਂਜੀ ਹਾਂਜੀ, ਚਾਚਾ ਜੀ, ਫਾਦਰ ਸਾਹਿਬ ਸਾਰੇ ਇਨਵੋਲਵ ਸਿੰਗਿੰਗ 'ਚ ਸੀਗੇ, ਹੈ ਨਾ। ਹਾਂਜੀ, ਉਦੋਂ ਤੁਸੀਂ ਡਿਸਾਈਡ ਪਹਿਲਾਂ ਹੀ ਕੀਤਾ ਹੋਇਆ ਸੀ ਵੀ ਹਾਂ ਮੈਂ ਸਿੰਗਰ ਹੀ ਬਣਨਾ ਹੈ, ਜਾਂ ਵਡਾਲੀ ਜੀ ਦੇ, ਲਖਵਿੰਦਰ ਵਡਾਲੀ ਜੀ ਦੇ ਦਿਲ 'ਚ ਕੁਛ ਹੋਰ ਬਣਨਾ ਸੀ ਵੀ ਮੈਂ ਕੁਛ ਹੋਰ ਬਣਨਾ? ਮੈਂ ਅਸਲ 'ਚ ਮੇਰਾ ਨਾ ਕੋਈ ਸ਼ੌਕ ਨਹੀਂ ਸੀਗਾ ਇੱਧਰ ਪਹਿਲਾਂ ਆਉਂਦਾ ਮਿਊਜ਼ਿਕ ਦੇ ਵਿੱਚ। ਮਤਲਬ ਕਿ ਕਿੰਨੀ ਏਜ ਦੀ ਗੱਲ ਕਰ ਰਹੇ ਹੋ, ਏਜ ਦੇ ਹਿਸਾਬ ਨਾਲ ਗੱਲ? ਮਤਲਬ ਤਕਰੀਬਨ ਰਿਹਾ ਨਹੀਂ ਕਾਫੀ, 2006 ਤੱਕ, 2004 ਤੱਕ, ਜਾਂ 2004 ਤੱਕ ਲਾ ਲਓ, 12 13 14 ਸਾਲ ਪਹਿਲਾਂ। ਹਾਂਜੀ, ਕੋਈ ਸ਼ੌਕ ਨਹੀਂ ਸੀ। ਹਾਂਜੀ ਹਾਂਜੀ, ਅਤੇ ਉਸ ਤੋਂ ਪਹਿਲਾਂ ਮੈਂ ਜਾਣਾ ਚਾਹੁੰਦਾ ਸੀ ਕ੍ਰਿਕਟ ਵਾਲੇ ਪਾਸੇ, ਬੱਲਾ। ਹਾਂਜੀ ਹਾਂਜੀ ਹਾਂਜੀ, ਕ੍ਰਿਕਟਰ, ਬੱਲੇ ਦੇ ਨਾਲ ਬੱਲੇ ਬੱਲੇ ਕਰਾਉਣਾ ਚਾਹੁੰਦਾ ਸੀ, ਪਰ ਉੱਧਰ ਹੋਈ ਨਹੀਂ। ਹਾਂਜੀ, ਸ਼ੌਕ ਉਹ ਸੀ। ਹਾਂਜੀ ਹਾਂਜੀ, ਬਹੁਤ ਦੇਰ, ਹਾਂ, ਪਰ ਕਿਸੇ ਮੁੰਡਿਆਂ ਦੇ ਨਾਲ, ਹਾਂਜੀ, ਵੀ ਕ੍ਰਿਕਟਰ ਨਹੀਂ ਬਣਨਾ, ਕਿਸੇ ਨੇ ਮਨਾ ਕੀਤਾ? ਪਾਪਾ ਜੀ ਨੇ ਮਨਾ ਕੀਤਾ। ਹਾਂਜੀ, ਪਾਪਾ ਜੀ ਨੇ ਰੋਕਿਆ, ਅਸਲ 'ਚ ਪਾਪਾ ਜੀ ਚਾਹੁੰਦੇ ਸੀਗੇ ਕਿ ਮੈਂ ਇਸੇ ਲਾਈਨ 'ਚ ਆਵਾਂ, ਸੰਗੀਤ ਦੀ ਲਾਈਨ 'ਚ। ਹਾਂਜੀ ਹਾਂਜੀ, ਉਹਦਾ ਕਾਰਨ ਇਹ ਕਿ ਮੇਰੀ ਫੈਮਿਲੀ ਦੇ ਵਿੱਚ ਅਸੀਂ 4 ਭੈਣ ਭਰਾ ਹਾਂ। ਓਕੇ, ਮੇਰੇ ਤੋਂ 3 ਵੱਡੇ ਨੇ, ਤਾਂ ਮੈਂ ਸਭ ਤੋਂ ਛੋਟਾ। ਹਾਂਜੀ, ਅਤੇ ਜਿਹੜੇ ਬਾਕੀ 3 ਨੇ ਉਹਨਾਂ ਦੇ ਲਾਗੋ ਮਿਊਜ਼ਿਕ ਲੰਘਿਆ ਹੀ ਨਹੀਂ, ਉਹਨਾਂ ਨੂੰ ਬਿਲਕੁਲ ਨਹੀਂ ਮਿਊਜ਼ਿਕ ਦੇ ਬਾਰੇ ਪਤਾ। ਅਤੇ ਕੁਦਰਤੀ ਤੌਰ 'ਤੇ ਇੱਦਾਂ ਹੋਇਆ ਕਿ ਮੈਂ ਇੱਕ ਤਾਂ ਛੋਟਾ ਘਰ 'ਚ, ਅਤੇ ਛੋਟੇ ਦੇ ਹਰ ਕੋਈ ਹੁਕਮ ਚਲਾ ਰਹਿੰਦਾ ਤੁਹਾਨੂੰ ਪਤਾ, ਅਤੇ ਵੈਸੇ ਵੀ ਚਲੋ ਬਾਬਿਆਂ ਦਾ, ਪਾਪਾ ਜੀ ਹੋਰਾਂ ਦਾ ਹੁਕਮ ਸਾਡੇ ਸਿਰ ਮੱਥੇ ਸੀਗਾ ਹੀ। ਹਾਂਜੀ ਹਾਂਜੀ, ਪਰ ਜ਼ਿਆਦਾ ਥੋੜ੍ਹੀ ਜਿਹੀ ਇਹ ਹੋਈ ਕਿ ਉਹਨਾਂ ਨੇ ਜ਼ਬਰਦਸਤੀ ਮੈਨੂੰ ਇੱਧਰ ਲਾਇਆ, ਕਿਉਂਕਿ ਬਾਕੀਆਂ ਨੂੰ ਗਾਉਣਾ ਨਹੀਂ ਆਉਂਦਾ ਸੀ। ਉਹਨਾਂ ਲੱਗਿਆ ਕਿ ਯਾਰ ਜੇ ਇਹਨਾਂ ਨਾਲ ਇਹਨੇ ਨਾ ਗਾਇਆ ਤਾਂ ਸਾਡੀ ਜਿਹੜੀ ਵਿਰਾਸਤ ਹੈ ਉਹ ਟੁੱਟ ਜੂਗੀ, ਉਹ ਟੁੱਟ ਜੂਗੀ, ਤਾਂ ਕਰਕੇ ਅਤੇ ਜਦੋਂ ਜ਼ਬਰਦਸਤੀ ਲੈ, ਜ਼ਬਰਦਸਤੀ ਲੈ ਕੇ, ਉਦੋਂ ਤੁਹਾਨੂੰ ਲੱਗਦਾ ਸੀ ਵੀ ਕਿਉਂ ਜ਼ਬਰਦਸਤੀ ਕਿਉਂ ਕਰ ਰਹੇ ਮੇਰੇ ਨਾਲ? ਉਦੋਂ ਲੱਗਦਾ ਸੀ ਬਹੁਤ, ਇੱਦਾਂ ਹੀ ਲੱਗ ਰਿਹਾ ਮੈਨੂੰ ਵੀ ਭਾਅ ਜੀ, ਤੁਸੀਂ ਮੇਰੇ ਨਾਲ ਜ਼ਬਰਦਸਤੀ ਕਰ ਰਹੇ ਹੋ, ਤੁਸੀਂ ਮੈਨੂੰ ਖਾਣ ਨਹੀਂ ਦੇ ਰਹੇ ਭਾਅ ਜੀ। ਬੜਾ ਮੈਂ ਨਾਲ ਨਾਲ ਤੁਹਾਨੂੰ, ਦੇਖੋ ਤੁਸੀਂ ਪੁੱਛੋ ਗੱਲਾਂ ਭਾਅ ਜੀ, ਮੈਂ ਖਾਣ, ਨਹੀਂ ਨਹੀਂ ਦੇਖੋ ਮੈਂ ਖਾਊਂਗਾ ਕੜਾ, ਤੁਸੀਂ ਸਿਰਫ ਗੱਲਾਂ ਦਾ ਕੜਾ ਬਣਾਈ ਜਾਓ ਭਾਅ ਜੀ। ਨਹੀਂ ਭਾਅ ਜੀ ਯਾਰ, ਤੁਸੀਂ ਕਹਿੰਦੇ ਉਦੋਂ ਤੁਹਾਡੇ ਨਾਲ ਜ਼ਬਰਦਸਤੀ ਹੋਈ, ਤੁਹਾਨੂੰ ਬੁਰਾ ਲੱਗਿਆ ਨਾ, ਹੁਣ ਮੇਰੇ ਨਾਲ ਜ਼ਬਰਦਸਤੀ ਹੋ ਰਹੀ ਹੈ, 4 ਆਈਟਮਾਂ ਲੈ ਕੇ ਆਇਆ ਭਾਅ ਜੀ, ਮੈਨੂੰ ਕੁਛ ਨਹੀਂ ਮਿਲਦਾ ਖਾਣ ਨੂੰ ਯਾਰ ਭਾਅ ਜੀ। ਨਾਲੇ ਭਾਅ ਜੀ ਦੀ ਖਾਸੀਅਤ ਦੱਸਦਾ, ਗੱਲ ਤਾਂ ਸੋਹਣਾ ਹੈ ਹੀ, ਖਾਂਦੇ ਵੀ ਸੋਹਣਾ, ਦੇਖੋ ਹੁਣ ਐਕਸਪਲੇਨੇਸ਼ਨ ਦੇਖੋ, ਆਹ ਹਾ ਕਰੂਗੇ, ਕਹਿੰਦੇ ਪੂੜੀ ਜਿਸ ਹਿਸਾਬ ਨਾਲ ਭਾਅ ਜੀ ਖਾ ਰਿਹਾ ਨਾ, ਮੇਰਾ ਜੀ ਕਰ ਰਿਹਾ ਕਿ ਮੈਂ ਭਾਅ ਜੀ, ਮੇਰਾ ਬਹੁਤ ਜੀ ਕਰ ਰਿਹਾ ਸੀਰੀਅਸਲੀ ਕਿ ਮੈਂ ਵੀ ਖਾਵਾਂ, ਤੁਸੀਂ ਨਾ ਰੋਕੋ ਮੈਨੂੰ। ਨਹੀਂ ਬਿਲਕੁਲ, ਦੇਖੋ ਇਹ ਮੇਰਾ ਹਿੱਸਾ ਹੈ, ਅਤੇ ਕਿਸੇ ਦੇ ਹਿੱਸੇ ਦੇ ਉੱਤੇ ਅੱਖ ਰੱਖਣੀ ਮਾੜੀ ਗੱਲ ਹੈ।
ਤਾਂ ਹੀ ਤਾਂ ਅੱਖਾਂ ਤੇ ਪਰਦਾ ਲਾਇਆ ਹੋਇਆ ਭਾਜੀ ਗੱਭਰੂ ਸੋਹਣਾ ਬਹੁਤ ਲੱਗ ਰਿਹਾ ਯਾਰ ਸੋਹਣਾ ਲੱਗ ਰਿਹਾ ਸੱਚੀ ਗੱਲ ਹੈ ਯਾਰ ਪਤਾ ਨਹੀਂ ਜਿੰਨੇ ਵੀ ਸੈਲੀਬ੍ਰਿਟੀ ਜਿੱਥੇ ਆਉਂਦੇ ਇੰਨਾ ਝੂਠ ਕਿਉਂ ਬੋਲਦੇ ਉਹੀ ਸੋਹਣਾ ਕਹਿੰਦੇ ਦੇਖੋ ਇਹਦਾ ਮਤਲਬ ਤੁਸੀਂ ਇਹ ਮੰਨਦੇ ਹੋ ਕਿ ਤੁਸੀਂ ਨਹੀਂ ਹੋ ਉਹ ਦੇਖੋ ਭਾਜੀ ਉਹ ਮੈਨੂੰ ਆਪਣੀ ਜਗ੍ਹਾ ਕੰਫੀਡੈਂਸ 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 ਦੇਖੋ ਹੈ ਤਾਂ ਕਿੰਨਾ ਇਹ ਚ ਕੋਈ ਸ਼ੱਕ ਨਹੀਂ ਨਾ ਹਾਂ ਕੋਈ ਸ਼ੱਕ ਨਹੀਂ ਦੇਖੋ ਸਭ ਕੁਝ ਆਪ ਹੀ ਬਣੇ ਹੋਏ ਹਾਂ ਹਾਂ ਤੇ ਇਹ ਕੰਫੀਡੈਂਸ ਤੇ ਹੈ ਇਹ ਕੰਫੀਡੈਂਸ ਹੈ ਤੇ ਇਦਾਂ ਹੀ ਰਹਿਣਾ ਚਾਹੀਦਾ ਮੈਂ ਫੁੱਲ ਸਮਾਰਟ ਆ ਜੀ ਤੇ ਭਾਜੀ ਸਮਾਰਟਨੈਸ ਦੀ ਗੱਲ ਆਈ ਹੈ ਨਾਲ ਖਾਈ ਜਾਵਾਂ ਹਾਂ ਖਾਓ ਖਾਓ ਕੋਈ ਸ਼ੱਕ ਤੁਹਾਨੂੰ ਕੋਈ ਹੋਊਗਾ ਤੁਹਾਨੂੰ ਪੁੱਛੀ ਜਾਊਗਾ ਗੱਲ ਹਾਂਜੀ ਹਾਂਜੀ ਭਾਜੀ ਸਮਾਰਟਨੈਸ ਦੀ ਗੱਲ ਹੈ ਕਿ ਸਮਾਰਟ ਤਾਂ ਤੁਸੀਂ ਮਤਲਬ ਐਂਡ ਕਰਾਈ ਹੋਈ ਹੈ ਤੁਸੀਂ ਹੈ ਨਾ ਮਤਲਬ ਹੁਣ ਖਾਏ ਨਹੀਂ ਯਾਰ ਤੇ ਜਦੋਂ ਤੁਸੀਂ ਕ੍ਰਿਕਟ ਖੇਡਦੇ ਹੁੰਦੇ ਸੀ ਹੈ ਨਾ ਤੇ ਸਿੰਗਿੰਗ ਵੱਲ ਇੰਨੇ ਸੀਰੀਅਸ ਨਹੀਂ ਸੀ ਹੈ ਨਾ ਉਦੋਂ ਕੋਈ ਕੁੜੀ ਪਸੰਦ ਆਈ ਹੋਵੇ ਜਾਂ ਕਿਸੇ ਨੂੰ ਪ੍ਰਪੋਜ਼ ਕੀਤਾ ਹੋਵੇ ਜ਼ਿੰਦਗੀ 'ਚ ਯਾਰ ਹਰ ਬੰਦਾ ਮੁਹੱਬਤ ਕਰਦਾ ਜਿਹਨੇ ਮੁਹੱਬਤ ਕੀਤੀ ਨਹੀਂ ਹੈ ਨਾ ਉਹ ਬੰਦਾ ਨਹੀਂ ਪਾਉਂਦਾ ਆਬਵੀਅਸਲੀ ਤੁਸੀਂ ਕਿੰਨੀ ਵਾਰੀ ਮੁਹੱਬਤ ਕੀਤੀ ਹੈ ਜ਼ਿੰਦਗੀ 'ਚ ਉਦਾਂ ਹੀ ਮੁਹੱਬਤ ਤਾਂ ਇੱਕ ਹੀ ਹੁੰਦੀ ਹੈ ਹਾਂਜੀ ਜ਼ਿੰਦਗੀ 'ਚ ਮੁਹੱਬਤ ਇੱਕ ਹੀ ਆ ਹਾਂਜੀ ਉਹ ਕਹਿੰਦੇ ਨਾ ਕਿ ਘਰ ਆ ਨਨਾਣ ਨੇ ਗੱਲ ਕੀਤੀ ਭਾਬੀ ਇੱਕ ਜੋਗੀ ਨਵਾਂ ਆਇਆ ਨਹੀਂ ਕੰਨੀ ਉਸ ਦੇ ਦਰਸ਼ਨੀ ਮੁੰਦਰਾਂ ਨੇ ਗੱਲ ਹੈਂਕਲਾਂ ਅਜਬ ਸੁਹਾਇਆ ਨਹੀਂ ਕੁੜੀਆਂ ਨਾਲ ਨਾ ਕਰਦਾ ਗੱਲ ਕੋਈ ਕੁੜੀਆਂ ਨਾਲ ਨਾ ਕਰਦਾ ਗੱਲ ਕੋਈ ਮਨ ਕਿਸੇ ਤੇ ਨਾ ਭਰਮਾਇਆ ਨੀ ਵਾਰਸ ਸ਼ਾਹ ਇਹ ਫਕਰ ਤੇ ਨਹੀਂ ਖਾਲੀ ਕਿਸੇ ਕਾਰਨ ਦੇ ਉੱਤੇ ਆਇਆ ਨੀ ਬਸ ਉਹ ਮੁਲਾਕਾਤ ਥੋੜੀ ਜਿਹੀ ਹੋਈ ਫਿਰ ਉਸ ਤੋਂ ਬਾਅਦ ਫਿਰ ਵਿਛੋੜੇ ਜੋ ਵਿਛੋੜੇ ਹਾਂਜੀ ਤਾਂ ਹੀ ਭਾਜੀ ਮੈਂ ਤੇਰੇ ਬਿਨਾ ਰਾਂਝਣਾ ਵੇ ਕਿਹੜੇ ਕੰਮ ਦੀ ਉਹੀ ਬੈਠੀ ਹੈ ਇਹ ਕਿਹੜੇ ਕੰਮ ਦੀ ਹੈ ਕਿਸੇ ਕੰਮ ਦੀ ਨਹੀਂ ਕਰਦੀ ਪੂਰਾ ਕਰ ਦੋ ਜਿਹੜਾ ਕੰਮ ਅਧੂਰਾ ਕਰਦੇ ਨੇ ਪੂਰਾ ਤੇ ਨਿਤ ਵੰਡਾ ਮੈਂ ਨਿਆਜ਼ਾ ਨਾਲੇ ਕਰਾਂ ਫਰਿਆਦਾਂ ਨਿਤ ਵੰਡਾ ਮੈਂ ਨਿਆਜ਼ਾ ਨਾਲੇ ਕਰਾਂ ਫਰਿਆਦਾਂ ਪੱਲਾ ਅੱਡ ਕੇ ਖੁਦਾ ਤੋਂ ਮੰਗਾਂ ਖੈਰ ਤੇਰੇ ਦਮ ਦੀ ਤੇਰੇ ਬਿਨਾ ਰਾਂਝਣਾ ਵੇ ਹੀਰ ਕਿਹੜੇ ਕੰਮ ਦੀ ਵੇ ਤੇਰੇ ਬਿਨਾ ਰਾਂਝਣਾ ਵੇ ਖੀਰ ਕਿਹੜੇ ਕੰਮ ਦੀ ਤੁਸੀਂ ਦੱਸੋ ਆ ਕੀ ਭਾਜੀ ਖੀਰ ਵਧੀਆ ਲੱਗੀ ਹੀਰ ਵਧੀਆ ਲੱਗੀ ਕਿਹੜੀ ਚੀਜ਼ ਵਧੀਆ ਲੱਗੀ ਇਹ ਤਾਂ ਚੋਇਸ ਦੀ ਗੱਲ ਹੈ ਭਾਜੀ ਖਾਣਾ ਮੈਨੂੰ ਵਧੀਆ ਲੱਗਿਆ ਗਾਣਾ ਆਬਵੀਅਸਲੀ ਮੈਨੂੰ ਲੱਗਦਾ ਤੁਹਾਨੂੰ ਮਜ਼ਾ ਆਇਆ ਹੋਵੇਗਾ ਗਾਣਾ ਤਾਂ ਸਾਰਿਆਂ ਨੂੰ ਮਜ਼ਾ ਆਇਆ ਗੱਭਰੂ ਨੇ ਤਾਰੀਫ ਨਹੀਂ ਕੀਤੀ ਮੈਂ ਗੱਭਰੂ ਦੀ ਦੇਖੋ ਕਿੰਨੀ ਤਾਰੀਫ ਕੀਤੀ ਇੰਨਾ ਸੋਹਣਾ ਗਾਣਾ ਇੰਨਾ ਜ਼ੋਰ ਲੱਗਾ ਮੇਰਾ ਮੇਰੇ ਨਾਲ ਪ੍ਰੋਬਲਮ ਇਹ ਹੋ ਰਹੀ ਹੈ ਕਿ ਭਾਜੀ ਜਿੰਨੇ ਵੀ ਤੁਹਾਡੇ ਇੰਟਰਵਿਊ ਹੋਏ ਨੇ ਅੱਜ ਤੱਕ ਹੈ ਨਾ ਸਾਰੇ ਨੇ ਬਹੁਤ ਦਿਲ ਤੇ ਕੀ ਬੀਤ ਰਹੀ ਹੈ ਮੈਂ ਜਾਣਦਾ ਨਹੀਂ ਇੱਕ ਹੁੰਦਾ ਬੰਦਾ ਐਕਟ ਕਰਦਾ ਇੱਕ ਹੁੰਦਾ ਬੰਦੇ ਨੂੰ ਅਸਲੀਅਤ ਚ ਫੀਲ ਹੋ ਰਿਹਾ ਕਿ ਏਦਾਂ ਕਿਉਂ ਹੋ ਰਿਹਾ ਮੇਰੇ ਨਾਲ ਗਾਣਾ ਮੈਨੂੰ ਇੰਨਾ ਮਤਲਬ ਸੁਰੀਲਾ ਲੱਗ ਰਿਹਾ ਮੈਨੂੰ ਮਜ਼ਾ ਆ ਰਿਹਾ ਥੈਂਕ ਯੂ ਪਰ ਕਿਤੇ ਨਾ ਕਿਤੇ ਮੇਰਾ ਨਾ ਇਹ ਹੋ ਰਿਹਾ ਕਿ ਭਾਈ ਇਹ ਗਾਣਾ ਤਾਂ ਵਧੀਆ ਗਾਉਂਦੇ ਪਰ ਇਹ ਹਰਕਤਾਂ ਕਿਉਂ ਨਹੀਂ ਵਧੀਆ ਕਰਦੇ ਦੇਖੋ ਜੀ ਮੈਂ ਖਾਧਾ ਇਹਨਾਂ ਨੇ ਮੈਨੂੰ ਕਿਹਾ ਕਿ ਖਾਣਾ ਤੁਹਾਡੇ ਲਈ ਦੇਖੋ ਮੈਂ ਖਾਧਾ ਇਹਦਾ ਮਤਲਬ ਹਰਕਤ ਵਧੀਆ ਹੋਈ ਜਿਹੜਾ ਮੈਂ ਗਾਣਾ ਗਾਇਆ ਉਹਦੇ 'ਚ ਵੀ ਹਰਕਤਾਂ ਜਿਹੜੀਆਂ ਸੀ ਜਾਂ ਹਰਕਤ ਸੀ ਉਹ ਵੀ ਵਧੀਆ ਲੱਗੀ ਹੁਣ ਤੁਸੀਂ ਇਨਸਾਫ ਕਰਨਾ ਸੱਚ ਹੈ ਕਿ ਝੂਠ ਹੈ ਗੱਭਰੂ ਝੂਠ ਬੋਲਦਾ ਕਿ ਸੱਚ ਮੈਂ ਕੋਈ ਝੂਠ ਨਹੀਂ ਬੋਲਦਾ ਤੇ ਪਰ ਮੇਰੇ ਨਾਲ ਬਹੁਤ ਵਾਰ ਧੋਖਾ ਹੋਇਆ ਚਲੋ ਕੋਈ ਚੱਕਰ ਨਹੀਂ ਭਾਈ ਤੁਸੀਂ ਸਾਡੇ ਢਾਬੇ ਤੇ ਆਏ ਹੋ ਮੈਨੂੰ ਇਹੀ ਬਹੁਤ ਖੁਸ਼ੀ ਦੀ ਗੱਲ ਹੈ ਅਰੇ ਥੈਂਕ ਯੂ ਗੱਭਰੂ ਯਾਰ ਮੈਂ ਆਪਣਾ ਗੱਭਰੂ ਹਾਂਜੀ ਭਾਜੀ ਦੇਖੋ ਮੈਂ ਕਿੰਨੀ ਚੰਗੀਆਂ ਗੱਲਾਂ ਕਰ ਰਿਹਾ ਹਾਂਜੀ ਹਾਂਜੀ ਹੈ ਨਾ ਤੇ ਮੇਰਾ ਦਿਲ ਕਰ ਰਿਹਾ ਮੈਂ ਕੁਝ ਥੋੜਾ ਖਾ ਲਾਂ ਹਾਂ ਭਾਜੀ ਤੁਹਾਡਾ ਦਿਲ ਇਹੀ ਕਰ ਰਿਹਾ ਬਸ ਕਿ ਕੁਝ ਖਾ ਲਾ ਬ੍ਰੇਕ ਬਰੂਕ ਤੇ ਲੈ ਲਓ ਯਾਰ ਭਾਜੀ ਬ੍ਰੇਕ ਤਾਂ ਮੈਂ ਲੈ ਲੂੰਗਾ ਪਰ ਤੁਸੀਂ ਬ੍ਰੇਕ ਜਦੋਂ ਹੁੰਦੀ ਉਦੋਂ ਵੀ ਖਾਂਦੇ ਹੋ ਹਾਂਜੀ ਜਦੋਂ ਬ੍ਰੇਕ ਨਹੀਂ ਹੁੰਦੀ ਹਾਂਜੀ ਉਦੋਂ ਵੀ ਖਾਂਦੇ ਹੋ ਹਾਂਜੀ ਤੇ ਖਲਾਉਣ ਦਾ ਸਿਸਟਮ ਕਦੋਂ ਸ਼ੁਰੂ ਹੋਣਾ ਮੈਨੂੰ ਕਦੋਂ ਖਲਾਉਣਾ ਨਹੀਂ ਦੇਖੋ ਢਾਬੇ ਵਾਲੇ ਖਲਾਉਂਦੇ ਹੁੰਦੇ ਇਹ ਬ੍ਰੇਕ ਦੇ ਵਿੱਚ ਮੈਨੂੰ ਮਸਲਾ ਸੋਲਵ ਕਰਨਾ ਪੈਣਾ ਦੇਖੋ ਜੀ ਜ਼ਿੰਦਗੀ 'ਚ ਪਹਿਲਾਂ ਬੰਦਾ ਦੇਖਿਆ ਜਿਹੜਾ ਢਾਬੇ ਵਾਲਾ ਗਾਹਕ ਕੋ ਰੋਟੀ ਖੋਈ ਜਾਂਦਾ ਦੇਖੋ ਆਹ ਸ਼ੋਅ 'ਚ ਸ਼ੁਰੂ ਤਾਂ ਕੀਤਾ ਕਿ ਭਾਈ ਮੈਨੂੰ ਖਾਣ ਨੂੰ ਕੁਛ ਮਿਲ ਜਾਵੇ ਨਾ ਭਾਈ ਮੇਰੀ ਰੋਟੀ ਇੱਥੋਂ ਹੀ ਜਾਂਦੀ ਹੈ ਪਹਿਲੀ ਵਾਰ ਜ਼ਿੰਦਗੀ 'ਚ ਜਦੋਂ ਆਉਂਗਾ ਮੈਂ ਗੱਭਰੂ ਨੂੰ ਖਾਣ ਨਹੀਂ ਦੇਣਾ ਆਪਾਂ ਚਲੋ ਕੋਈ ਨਾ ਜੀ ਬ੍ਰੇਕ ਦੇ ਵਿੱਚ ਮੈਂ ਕੁਛ ਗੱਲ ਸੋਲਵ ਕਰਕੇ ਦੇਖਦੇ ਸਾਨੂੰ ਕੁਛ ਮਿਲਦਾ ਕਿ ਨਹੀਂ ਮਿਲਦਾ ਨਾ 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 ਮੈਂ ਪਰਦੇਦਾਰੀ ਕਰ ਦੇਣੀ ਹੈ ਮਿਲਦੇ ਜੀ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਭਰੂ ਤਾਂ ਨਹੀਂ ਬੋਲ ਰਿਹਾ ਕਿਉਂਕਿ ਨਾ ਤਾਂ ਇਹਨੂੰ ਮੈਂ ਬ੍ਰੇਕ 'ਚ ਪੁੱਛਿਆ ਨਾ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਪੁੱਛਿਆ ਨਾ ਬ੍ਰੇਕ ਤੋਂ ਆਉਣ ਤੋਂ ਬਾਅਦ ਗੱਭਰੂ ਵਿਚਾਰਾ ਪੂਰਾ ਸਾਈਡ ਆ ਕਿ ਦੇਖੋ ਜੀ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਡਾਈਟਿੰਗ ਕਰਨ ਵਾਲੇ ਭਾਪਾ ਜੀ ਮੇਰੇ ਕਹਿੰਦੇ ਹੁੰਦੇ ਆ ਕਿ ਖਾਵਾਂਗੇ ਅਤੇ ਗਾਵਾਂਗੇ ਜੋ ਖਵਾਈਆ ਉਹੀ ਗਵਾਈਆ ਅਤੇ ਤੁਸੀਂ ਇੱਥੇ ਦੇਖ ਲੈਣਾ ਮੇਰਾ ਕੰਨ ਵੀ ਟੁੱਟਿਆ ਹੋਇਆ ਅਤੇ ਥੋੜ੍ਹੀ ਜਿਹੀ ਮੈਂ ਭਲਵਾਨੀ ਵੀ ਕੀਤੀ ਹੈ ਮੇਰੀ ਕਿਸਮਤ ਤੋੜਤੀ ਉਰੀ ਪੂਰੀ ਤੇ ਮੈਂ ਖਾ ਜਾਣੀ ਖੀਰ ਤੇ ਨਾਲ ਖਾਣੀ ਚੂਰੀ
ਅਖੀਰ ਤੇ ਵੀ ਨਜ਼ਰ ਆਉਂ ਤੁਹਾਡੀ ਭਾਜੀ, ਕਿਸੇ ਨੂੰ ਕੁਛ ਨਾ ਬਖਸ਼ ਦਿਓ ਬਾਈ ਲਈ, ਮੈਂ ਕੁਛ ਤਾਂ ਕਰਾਂ। ਜਿਹੜੀ ਗੱਲ ਹੈ ਜ਼ਰੂਰੀ ਹੈ ਨਾ, ਆਪਾਂ ਰਹਿਣ ਨਹੀਂ ਦੇਣੀ ਅਧੂਰੀ, ਆਪਾਂ ਕਰਤੀ ਪੂਰੀ ਪੂਰੀ ਕਰ। ਹੁਣ ਤੁਸੀਂ ਅਗਲੀ ਗੱਲ ਕਰੋ। ਮੈਂ ਬ੍ਰੇਕ ਦੇ ਵਿੱਚ ਪੂਰਾ ਜ਼ੋਰ ਲਾਇਆ, ਮੈਂ ਪੈਰ ਹੀ ਪੈ ਗਿਆ ਜੀ, ਮੈਨੂੰ ਖਲੋਗੇ ਨਹੀਂ ਬਾਈ, ਤੇਰੇ ਬਾਰੇ ਸੋਚ ਰਿਹਾ ਮੈਂ। ਕਹਿੰਦੇ ਕਹਿੰਦੇ ਇਹ 'ਚ ਤੇਰੀ ਭਲਾਈ ਹੈ, ਕਹਿੰਦੇ ਫਟ ਜਾਏਗਾ ਕਿਸੇ ਦਿਨ, ਕਹਿੰਦੇ ਮੈਂ ਤੇਰੀ ਹੈਲਪ ਕਰ ਰਿਹਾ। ਮੈਂ ਦਾਨੇ ਦਾਨੇ ਵੀ ਲਿਖਾ ਖਾਣੇ ਵਾਲੇ ਦਾ ਨਾਮ ਔਰ ਮੇਰਾ ਹੀ ਹੈ, ਤੁਸੀਂ ਤਾਂ ਬੋਰੀ ਤੇ ਲਿਖਾ ਕੇ ਆਏ ਨਾ, ਮੈਨੂੰ ਬੋਰੀ ਦੇ ਨਾਂ ਲਿਖਾ ਤਾ, ਮੈਨੂੰ ਕੁਛ ਮਿਲ ਨਹੀਂ ਰਿਹਾ। ਚਲੋ ਕੋਈ ਨਾ ਬਾਜੀ, ਪਰ ਸਵਾਦ ਆ ਰਿਹਾ ਤੁਹਾਡੀ ਗੱਲਾਂ ਦਾ, ਹੈ ਨਾ ਮੈਨੂੰ। ਥੈਂਕ ਯੂ ਵੈਰੀ ਮਚ। ਅਸੀਂ ਹੋਰ ਸਵਾਦ ਲੈਣਾ, ਪੁੱਛੋ ਕਿੱਦਾਂ। ਹਾਂਜੀ, ਉਹ ਕਿੱਦਾਂ? ਸਾਡੇ ਕੋਲ ਜੀ ਇੱਕ ਡੋਂਗਾ ਗੇਮ। ਅੱਛਾ, ਇਸ ਗੇਮ ਦੇ ਵਿੱਚ ਮੈਂ ਤਾਂ ਕੋਈ ਮੱਠੀ ਮੁੱਠੀ ਹੋਊਗੀ, ਮੱਠੀ ਮੁੱਠੀ ਮੱਠੀ ਕਿੱਥੋਂ ਲੈ ਗਈ ਭਾਜੀ? ਅਸੀਂ ਛੋਲੇ ਖਵਾ ਸਕਦੇ, ਮੱਠੀਆਂ ਨਹੀਂ ਭਾਜੀ। ਇਹਦੇ ਵਿੱਚ 5 ਪਰਚੀਆਂ। ਅੱਛਾ ਜੀ, ਉਹਦੇ ਵਿੱਚ ਕੁਝ ਟਾਸਕ ਹੈ, ਤੁਸੀਂ ਉਹ ਪੂਰਾ ਕਰਨਾ। ਤਿਆਰ? ਮੈਂ ਕਹਿੰਦਾ ਇੱਕ ਅੱਧਾ ਟਾਸਕ ਇੱਦਾਂ ਤਾਂ ਆ ਜਾਵੇ ਨਾ ਕਿ ਬਸ ਆਪ ਹੀ ਚੱਕ ਲਓ ਯਾਰ, ਮੈਨੂੰ ਸਵਾਦ ਆ ਜਾਵੇ, ਮੈਂ ਹੀ ਚੱਕ ਲੈਂਦਾ। ਆਪ ਹੀ ਚੱਕ ਲਓ, ਖੋਲ ਦਿਓ, ਵੇਖੀਏ ਜੋ ਹੋਊ। ਪਹਿਲੀ ਪਰਚੀ ਆ, ਨਿੰਬੂ ਤੇ ਮਿਰਚ ਦਾ ਹਾਰ ਕਿਹੜੇ ਆਰਟਿਸਟ ਨੂੰ ਪਣਾਉਣਾ ਚਾਹੋਗੇ ਤੁਸੀਂ? ਨਿੰਬੂ ਤੇ ਮਿਰਚ ਦਾ ਹਾਰ? ਅੱਛਾ, ਕਈ ਲੋਕਾਂ ਨੇ ਗੱਡੀਆਂ 'ਤੇ ਵੀ ਟੰਗਿਆ ਹੁੰਦਾ ਮੇਰੇ ਖਿਆਲ ਨਹੀਂ। ਤੁਸੀਂ ਕਿਹੜੇ ਆਰਟਿਸਟ ਨੂੰ ਬਣਾਓਗੇ ਉਹ ਹਾਰ ਇੰਡਸਟਰੀ ਦੇ? ਦੇਖੋ ਜੀ, ਹਾਂਜੀ, ਸਵਾਲ ਗੱਭਰੂ ਨੇ ਪੁੱਛਿਆ ਔਖਾ, ਹਾਂ, ਕਿਉਂਕਿ ਤੁਸੀਂ ਮੇਰੇ ਨਾਲ ਇੰਨੀ ਔਖੀ ਕੀਤੀ ਹੈ ਗੱਲ, ਮੈਂ ਤਾਂ ਸਵਾਲ ਔਖੇ ਪੁੱਛੂੰਗਾ ਹੁਣ। ਇਹ ਮੇਰਾ ਨਹੀਂ ਜੇ ਯਾਰ, ਇਹਨੇ ਪਵਾ ਕੇ ਛੱਡਣਾ ਹਾਰ, ਅਤੇ ਮੇਰੀ ਤਾਂ ਮਿੰਨਤ ਹੈ ਕਿ ਜਿਹਨੂੰ ਵੀ ਮੈਂ ਪਾਵਾਂ ਉਹ ਮੇਰੇ 'ਤੇ ਕਰ ਦਿਓ ਉਪਕਾਰ ਔਰ ਮੈਨੂੰ ਕਰ ਦਿਓ ਮਾਫ਼ ਜੀ। ਅਤੇ ਚਲ ਕੋਈ ਗੱਲ ਨਹੀਂ, ਨਿੰਜਾ ਮੇਰਾ ਯਾਰ ਹੈ ਅਤੇ ਨਿੰਜਾ ਗੁੱਸਾ ਨਹੀਂ ਕਰੂਗਾ, ਮੈਂ ਪਿਆਰ ਨਾਲ ਕੁਛ ਵੀ ਦੇ ਦੂੰਗਾ। ਨਿੰਜੇ ਪਿਆਰ ਨਾਲ ਪਾਉਣ ਲੱਗਾ ਯਾਰ ਮੈਂ, ਮੈਂ ਇਹ ਸੋਚ ਰਿਹਾ ਜਦੋਂ ਤੁਸੀਂ ਬਣਾਓਗੇ ਤਾਂ ਇਮੈਜਿਨ ਕਰੋ, ਨਿੰਬੂ ਮਿਰਚ ਦਾ ਹਾਰ ਨਿੰਜਾ ਬਾਜੀ ਨੂੰ ਬਣਾ ਰਿਹਾ, ਕਿੱਦਾਂ ਲੱਗੂਗਾ? ਮਤਲਬ ਨਹੀਂ, ਦੇਖੋ ਸੋਹਣਾ ਸੁਰਖਾ ਮੁੰਡਾ ਨਾਲੇ ਨਜ਼ਰ ਨਹੀਂ ਲੱਗੂਗੀ। ਹਾਂ ਬਿਲਕੁਲ ਬਿਲਕੁਲ, ਨਾਲੇ ਯਾਰ ਨੇ ਪਾਇਆ ਯਾਰ, ਫਿਰ ਕਿਹੜੀ? ਹਾਂਜੀ ਹਾਂਜੀ, ਦੂਜੀ ਪਰਚੀ ਚੁੱਕੋ। ਦੂਜੀ? ਹਾਂ, ਅੱਛਾ ਦੂਜੀ ਮੇਰੀ ਵਾਰੀ, ਸਾਰੀ ਵਾਰੀਆਂ ਤੁਹਾਡੀਆਂ ਬਾਜੀ। ਇਹ ਕੀ ਆ? ਟੱਪਾ ਪੂਰਾ ਕਰਨਾ ਭਾਜੀ। ਕਿਹੜਾ? ਕੀ ਲੈਣਾ? ਹਾਂਜੀ ਮੈਂ ਪੜ੍ਹਦਾ। ਹਾਂ, ਕੀ ਲੈਣਾ ਹੈ ਇਹ ਡੱਡੂਆਂ ਤੋਂ? ਅੱਛਾ, ਕੀ ਲੈਣਾ ਹੈ ਡੱਡੂਆਂ ਤੋਂ? ਹਾਏ ਕਰੋ ਕੁਛ ਪੂਰਾ। ਕੀ ਲੈਣਾ ਹੈ ਡੱਡੂਆਂ ਤੋਂ? ਹਾਏ ਕੀ ਲੈਣਾ ਹੈ ਡੱਡੂਆਂ ਤੋਂ? ਅਸੀਂ ਆਏ ਹਾਂ ਗੱਭਰੂ ਢਾਬੇ ਤੇ, ਅੱਜ ਗੱਲ ਕਰਾਂਗੇ ਲੱਡੂਆਂ ਤੋਂ। ਸੱਚੀ ਖਾਣਾ ਪੈਣਾ ਤੁਸੀਂ ਕਹਿ? ਨਹੀਂ ਨਹੀਂ ਜੀ, ਏਦਾਂ ਹੀ ਰੱਖੂ, ਰੋਲ ਹੀ ਰਹੂਗਾ। ਮਤਲਬ ਇਹ ਵੀ ਮੇਰੀ ਨੀ ਸੁਣਦੇ ਭਾਜੀ, ਮੈਂ ਕਿਹਾ ਕੱਟਣਾ ਪਿੱਛੋਂ, ਸਾਰੇ ਐਂ ਕਰੇ ਵੀ ਨਹੀਂ ਕੱਟਣਾ। ਪਤਾ ਕਿਉਂ ਲੱਡੂ? ਪਤਾ ਕਿਉਂ ਯਾਦ ਆਏ? ਹਾਂਜੀ, ਜਿਹੜੀ ਐਨਕ ਲੱਗੀ ਹੋਈ ਨਾ, ਹਾਂਜੀ ਆਪਣੇ, ਹਾਂਜੀ, ਤੇ ਉਹ ਦੇਖੋ, ਆ ਦੇਖੋ ਜੀ, ਸੱਚੀ ਕੜਾਹ ਖਾ ਰਹੇ ਹਾਂ ਔਰ ਅੱਜ ਗੱਭਰੂ ਨੇ ਕੜਾਹ ਵਾਲੀਆਂ ਐਨਕਾਂ ਲਾਈਆਂ ਬਾਜੀ, ਕਵਰ ਕਰਤਾ ਬਹੁਤ ਵਧੀਆ, ਲੱਡੂ ਦੇ ਰੰਗ ਦੀ ਬਸ, ਮੇਰਾ ਰੰਗ ਤਾਂ ਭਾਜੀ ਲੱਡੂ ਯਾਦ ਆ ਗਿਆ, ਗੁਲਾਬ ਜਾਮੁਨ ਹੀ ਹੁੰਦੇ ਉਹਦੇ ਵਰਗੇ। ਤੀਜੀ ਪਰਚੀ ਚੱਕੋ ਭਾਜੀ। ਅੱਛਾ, ਤੀਜੀ? 5 ਪਰਚੀਆਂ ਪੂਰੀਆਂ ਯਾਰ, ਤੁਸੀਂ ਆਪੇ ਚੱਕੀ, ਆਪੇ ਬੋਲੀ, ਆਪੇ ਪੜੀ, ਮੈਂ ਫਿਰ ਠੀਕ ਹੈ ਜੀ। ਹਾਂ, ਬੋਲੀ ਪੂਰੀ ਕਰੋ, ਫਿਰ ਜਾ ਕੇ ਜਦੋਂ ਆ ਸਵਾਲ ਆਉਂਦੇ ਨਾ, ਬੋਲੀ ਪੂਰੀ ਕਰੋ। ਇਹ ਬੋਲੋ, ਹਾਂਜੀ, ਬਾਰੀ ਬਰਸੀ ਕੱਟਣ ਗਿਆ ਸੀ, ਖੱਟ ਕੇ ਲਿਆਂਦੀ ਪੱਪੀ ਮਿੱਠੀ, ਪੱਪੀ ਪੱਪੀ, ਹਾਂ ਅੱਛਾ ਪੱਪੀ, ਬਾਰੀ ਬਰਸੀ ਕੱਟਣ ਗਿਆ ਸੀ, ਬਾਰੀ ਬਰਸੀ ਕੱਟਣ ਗਿਆ ਸੀ, ਖੱਟ ਕੇ ਲਿਆਂਦੀ ਪੱਪੀ, ਤੇ ਮੈਂ ਅੱਜ ਬੈਠਾ ਗੱਭਰੂ ਢਾਬੇ ਤੇ, ਗੱਭਰੂ ਬੜਾ ਗੱਪੀ ਮਿਲਿਆ ਮੈਨੂੰ, ਕਹੋਗੇ ਇਹਨੂੰ ਦਊਂਗਾ ਜੱਪੀ, ਮੈਂ ਕਿਹਾ ਜੂਨ ਜੱਪੀ ਮਿਲ ਜੂਗੀ, ਕਹਿੰਦੇ ਇਹ ਬੜਾ ਗੱਪੀ। ਨਹੀਂ ਜੀ, ਦੇਖੋ ਗੱਪੀ ਗੱਪਾ ਮਤਲਬ ਗੱਪਾਂ ਮਾਰਨ ਵਾਲਾ, ਗੱਲਾਂ ਕਰਨ ਵਾਲਾ, ਮਜ਼ਾ। ਦੇਖੋ ਤੁਸੀਂ ਇੰਜੋਏ ਕਰਦੇ ਹੋ ਗੱਭਰੂ ਦਾ ਸ਼ੋਅ, ਪਿਆਰ ਕਰਦੇ ਹੋ, ਮੁਹੱਬਤ ਕਰਦੇ ਹੋ, ਜੇ ਗੱਪਾਂ ਨਾ ਸੁਣਾਵੇ ਤੇ ਗੱਪਾਂ, ਯਾਨੀ ਜਿਹੜਾ ਬੰਦਾ ਜ਼ਿਆਦਾ ਸੁਣਾਉਂਦਾ ਹੋਵੇ ਉਹਨੂੰ ਕਹਿੰਦੇ ਗੱਪੀ। ਹਾਂਜੀ, ਰੌਣਕ ਬਹੁਤ ਵਧੀਆ, ਬਹੁਤ ਮਸਤ। ਜਦੋਂ ਤੁਸੀਂ ਬੋਲਦੇ ਹੋ ਨਾ, ਉਦੋਂ ਮੈਨੂੰ ਲੱਗਦਾ ਕੱਟ ਕਰਾਉਣਾ ਪੈਣਾ, ਜਦੋਂ ਤੁਸੀਂ ਕਵਰ ਕਰ ਦਿੰਦੇ ਹੋ ਨਾ ਗੱਲ ਨੂੰ, ਫਿਰ ਆਉਂਦਾ ਹਾਂ ਇਹ ਤਾਂ ਲੱਗਣੀ ਚਾਹੀਦੀ ਹੈ ਗੱਲ। ਕਹਿੰਦੇ ਕਿਹੜਾ ਆਰਟਿਸਟ ਸਭ ਤੋਂ ਜ਼ਿਆਦਾ ਲਾਰੇ ਲਾਉਂਦਾ, ਮਤਲਬ ਲਾਰੇਬਾਜ਼ ਹੈ? ਲਾਰੇਬਾਜ਼ ਹੈ, ਹਾਂ, ਕਿਹੜਾ ਆਰਟਿਸਟ ਹੈ? ਲਾਰੇਬਾਜ਼ ਯਾਰ ਮੈਂ ਹੀ ਹਾਂ ਵੈਸੇ। ਨਹੀਂ ਨਹੀਂ ਭਾਜੀ, ਹੁਣ ਆਰਟਿਸਟ ਦਾ ਨਾਂ ਲਓ, ਉਹ ਨਹੀਂ ਕੱਟਣਾ ਮੈਂ ਦੇਖ। ਤੇ ਗੇਮ ਦਾ ਰੂਲ ਹੁਣੇ ਬਣਿਆ ਕਿ ਆਪਣਾ ਨਾਂ ਨਹੀਂ ਲੈ ਸਕਦੇ? ਬਾਬਾ 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 ਸਾਹਿਬ ਲਾਰੇਬਾਜ਼ ਨੇ ਨਾ, ਰਣਜੀਤ ਬਾਬਾ ਬੜੇ ਬੜੇ ਲਾਰੇ ਲਾਉਂਦਾ। ਸੱਚੀ ਦੱਸੋ ਯਾਰ, ਬਾਅਦ ਗਾਣਾ ਸ਼ੇਅਰ ਕਰੀ ਹੁਣੇ ਕਰਦਾ ਭਾਜੀ, ਬਸ ਭਾਜੀ 15 ਮਿੰਟ ਤਾਂ ਕਰਦਾ ਭਾਜੀ, ਬਸ ਕਰਦੇ 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 ਹਫ਼ਤਾ ਲੰਘ ਜਾਂਦਾ ਮੁੜ ਗਿਆ ਯਾਰ, ਤੂੰ ਗਾਣਾ ਨਹੀਂ ਸ਼ੇਅਰ ਭਾਜੀ, ਇੱਦਾਂ ਭੁੱਲ ਗਿਆ ਲਾਰੇਬਾਜ਼ ਨੇ। ਠੀਕ ਹੈ, ਜਦੋਂ ਉਹਨਾਂ ਨੇ ਸਾਡੇ ਢਾਬੇ 'ਤੇ, ਉਹਨਾਂ ਨੂੰ ਦੱਸਾਂਗੇ ਕਿ ਤੁਸੀਂ ਉਹਨਾਂ ਨੂੰ ਲਾਰੇਬਾਜ਼ ਕਿਹਾ। ਚਲੋ ਜੀ, ਹੁਣ ਲਾਸਟ, ਹਾਂਜੀ, ਕਿਹੜੇ ਆਰਟਿਸਟ ਦੇ ਫੋਨ ਦੀ ਬੈਟਰੀ ਸਭ ਤੋਂ ਛੇਤੀ ਮੁੱਕਦੀ ਹੈ? ਉਹ ਕਿਹੜਾ ਆਰਟਿਸਟ ਹੈ ਇੰਡਸਟਰੀ ਦਾ
ਜਿਹਦੀ ਫੋਨ ਦੀ ਬੈਟਰੀ ਛੇਤੀ ਮੁੱਕ ਜਾਂਦੀ ਹੈ, ਮੁੱਕ ਜਾਂਦੀ ਹੈ, ਜਾਂ ਕੋਈ ਜ਼ਿਆਦਾ ਫੋਨ ਯੂਜ਼ ਕਰਦਾ ਹੋਵੇ, ਉਹ ਸਚਿਨ ਊਰਜਾ ਸਾਹਿਬ ਦੀ ਕਿਉਂ? ਹਾਂਜੀ, ਉਹ ਜਦੋਂ ਅਸੀਂ ਕੰਪੀਟੀਸ਼ਨ ਤੇ ਬੈਠਦੇ ਹੁੰਦੇ ਆ ਤੇ ਬਸ ਉਹ ਜਦੋਂ ਉਧਰੋਂ ਕੱਟ ਹੁੰਦਾ ਤੇ ਉਹ ਨਾਲ ਦੀ ਨਾਲ ਹੀ ਫਿਰ ਫੋਨ ਤੇ ਯੂਜ਼ ਕਰ ਦਿੰਦੇ ਹਨ, ਤੇ ਬਸ ਉਹਨਾਂ ਦੀ ਫੋਨ ਦੀ ਬੈਟਰੀ ਘੱਟ ਹੀ ਰਹਿੰਦੀ ਹੈ ਜਦੋਂ ਆ ਯਾਰ ਚਾਰਜ ਲਾ ਦੀ ਯਾਰ, ਚਾਰਜ ਲਾ ਦੇ ਯਾਰ, ਹੈ ਨਾ? ਬਹੁਤ ਵਧੀਆ ਭਾਈ, ਉਹਨਾਂ ਦੀ ਮਜ਼ਾ, ਉਹਨਾਂ ਦੀ ਬੈਟਰੀ ਨਹੀਂ ਸਚਿਨ ਭਾਈ ਦੇ ਫੋਨ ਦੀ ਬੈਟਰੀ ਯਾਰ। ਅੱਛਾ, ਨਹੀਂ ਉਹਨਾਂ ਦੀ ਬੈਟਰੀ ਨਹੀਂ ਹੋ ਸਕਦੀ ਕਦੇ ਕਦੇ, ਉਹਨਾਂ ਦੇ ਫੋਨ ਦੀ ਬੈਟਰੀ ਮਤਲਬ ਘੱਟ ਰਹਿੰਦੀ ਹੈ। ਬਹੁਤ ਵਧੀਆ ਗੇਮ ਖੇਡੀ ਭਾਈ, ਸਵਾਦ ਆ ਗਿਆ, ਥੈਂਕ ਯੂ ਸੋ ਮਚ, ਮੇਰੇ ਲਈ ਤਾੜੀਆਂ। ਦੋ ਸਵਾਲ ਹਾਂ ਤੁਹਾਡੇ ਲਈ ਸੀ ਭਾਈ, ਬਸ ਦੋ ਸਵਾਲ ਮੈਂ ਕੱਟ ਦੇਣੇ ਆ ਜਿਹੜੇ ਮੇਰੇ ਤੇ ਤਵੇ ਲੱਗੇ, ਅੱਛਾ, ਬਾਕੀ ਅਸੀਂ ਸਾਰੇ ਚੱਕ, ਮੈਂ ਕੱਟਣ ਦੇਣੇ ਨਹੀਂ, ਮੈਂ ਕੇਸ ਕਰ ਦੇਣਾ ਢਾਬੇ ਦੇ, ਢਾਬੇ ਤੇ ਕੇਸ ਕਰ ਭਾਜੀ, ਉਹੀ ਸਾਡੇ ਬੱਲੇ ਕੁਝ ਨਹੀਂ ਹੈ, ਮੇਰੇ ਸਵਾਲ ਕੱਟੇ, ਮੇਰੇ ਜਵਾਬ ਕੱਟੇ, ਨਹੀਂ ਨਹੀਂ ਹੁਣ ਉਹੀ ਸਾਡੇ ਬੱਲੇ ਕੁਝ ਨਹੀਂ, ਕੇਸ ਨਾ ਕਰਿਓ, ਕੇਸ ਲੜਨ ਦੇ ਪੈਸੇ ਨਹੀਂ ਮੇਰੇ ਕੋਲ। ਤੇ ਭਾਜੀ ਇੱਕ ਛੋਟਾ ਜਿਹਾ ਸਵਾਲ ਮੇਰੇ ਦਿਲ 'ਚ ਆ ਰਿਹਾ ਸੀ, ਤੁਸੀਂ ਇੰਨੇ ਵਧੀਆ ਲਾਈਵ ਸ਼ੋਅਜ਼ ਕਰਦੇ ਹੋ, ਇੰਨੇ ਸਾਲਾਂ ਤੋਂ ਲਾਈਵ ਸ਼ੋਅਜ਼ ਕਰਦੇ ਆ ਰਹੇ ਹੋ ਤੇ, ਹੈ ਨਾ, ਤੇ ਐਂਟਰਟੇਨ ਵੀ ਬਹੁਤ ਕਰਦੇ ਹੋ ਸਾਰਿਆਂ ਨੂੰ, ਹਾਂਜੀ, ਕਦੇ ਕੋਈ ਇਦਾਂ ਦਾ ਕਿੱਸਾ ਹੋਇਆ ਹੋਵੇ ਕਿ ਲਾਈਵ ਆਡੀਅੰਸ ਦੀ ਗੱਲ ਤਾਂ ਤੁਹਾਨੂੰ ਸੁਣਦੀ ਹੈ ਕੋਈ ਕੀ ਬੋਲ ਰਿਹਾ ਕੀ ਨਹੀਂ, ਹੈ ਨਾ, ਕੋਈ ਇਦਾਂ ਦਾ ਕਿੱਸਾ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਫਨੀ ਮੂਮੈਂਟ ਕੋਈ ਕਦੇ ਲਾਈਵ ਕਰਦੇ ਹੋਏ, ਕਿਸੇ ਨੇ ਬੋਲਿਆ ਹੋਵੇ, ਹਾਂ ਕਿਸੇ ਨੇ ਕੁਛ ਬੋਲਿਆ ਹੋਵੇ ਜਾਂ ਕੋਈ ਜਵਾਬ ਦਿੱਤਾ ਹੋਵੇ ਤੁਸੀਂ ਗਾਉਂਦੇ ਗਾਉਂਦੇ ਉਹਦਾ ਜਵਾਬ ਵੀ ਦੇਤਾ ਵਿੱਚ? ਇੱਥੇ ਪਿਆਰ ਦੀ ਪੁੱਛ ਕੋਈ ਨਾ, ਵੀ ਤੇਰੇ ਨਾਲ ਕੀ ਬੋਲਣਾ ਤੇਰੇ ਮੂੰਹ ਉੱਤੇ ਮੁੱਚ ਕੇ, ਹੈ ਨਾ, ਮੈਂ ਤੁਸੀਂ ਇੱਦਾਂ ਹੀ ਕਰਦੇ, ਹਾਂਜੀ ਇੱਦਾਂ ਦੀ, ਮਤਲਬ ਕਈ ਵਾਰੀ ਕੋਈ ਅੱਗੋਂ ਬੋਲਦਾ ਕੋਈ ਗੱਲ ਕਹਿੰਦਾ ਤਾਂ ਫਿਰ ਉਹਦੀ ਜਵਾਬੀ ਕਾਰਵਾਈ ਦੇ ਵਿੱਚ ਕੁਛ ਨਾ ਕੁਛ ਕੋਈ ਨਾ ਕੁਛ ਤੇ ਕਾਫੀ ਅਮਲਾ ਕੇ, ਜਿੱਦਾਂ ਕਹਿੰਦਾ ਕੋਈ ਕਹਿੰਦੇ ਭਾਜੀ ਸੁਣਾ ਦਿਓ ਚੂਰੀ, ਤੇ ਮੈਂ ਕਹਿ ਦਿੰਦਾ ਉਹਨਾਂ ਕਾਹਤੋਂ ਕੀਤੀ ਹੈ ਦੂਰੀ, ਹੈ ਨਾ, ਤੇ ਆ ਜਾਓ ਨੇੜੇ ਤੇ ਫਿਰ ਆਪਾਂ ਕਰਦੇ ਹਾਂ ਪੂਰੀ, ਇੱਦਾਂ ਕਰਕੇ ਮਤਲਬ ਕਾਫੀ ਮਾਹੌਲ ਜਿਹੜਾ ਇੱਦਾਂ ਦਾ ਹੁੰਦਾ ਬਣ ਜਾਂਦਾ, ਬਣ ਜਾਂਦਾ ਲਾਈਫ ਦੇ ਵਿੱਚ, ਇਹ ਬਹੁਤ ਸਪੋਰਟ ਕਰਦਾ। ਤੇ ਭਾਜੀ ਕਿੱਸੇ ਵੀ ਬਹੁਤ ਸਾਰੇ ਨੇ, ਗੱਲਾਂ ਵੀ ਬਹੁਤ ਸਾਰੀਆਂ, ਤੇ ਖਾਣਾ ਵੀ ਬਹੁਤ ਸਾਰਾ ਪਿਆ, ਪਰ ਸਮਾਂ ਹੋ ਗਿਆ ਨਾ ਕਿ ਮਤਲਬ ਟਾਈਮ ਹੁੰਦਾ ਬਈ ਸਾਡੇ ਕੋਲ ਇੰਨਾ ਇੱਕ ਟਾਈਮ ਸੀਗਾ ਦੋਸਤੋ, ਲਓ ਆ ਗਈ ਘੜੀ, ਉਹ ਘੜੀ ਆ ਗਈ, ਹੈ ਨਾ, ਪਰ ਭਾਜੀ ਤੇ ਭਾਜੀ ਹੁਣ ਅਸੀਂ ਐਂਡ ਕਰਨਾ ਚਰਖਾ ਸੌਂਗ ਦੇ ਨਾਲ, ਜੀ ਬਿਲਕੁਲ, ਹੈ ਨਾ, ਤੇ ਉਹਦੇ ਨਾਲ ਫਿਰ ਆਪਾਂ ਵਧੀਆ ਜਿਹਾ ਐਂਡ ਕਰਦੇ ਹਾਂ, ਉਹ ਤੋਂ ਬਾਅਦ ਫਿਰ ਭਾਜੀ ਜਿੱਦਾਂ ਹੀ ਕੈਮਰੇ ਬੰਦ ਹੋਏ ਮੈਨੂੰ ਤਾਂ ਫਿਰ ਤਾਂ ਤੁਸੀਂ ਸ਼ੇਅਰ ਕਰੋਗੇ ਨਾ, ਫਿਰ ਮੈਂ ਮੁੱਢੋਂ ਸ਼ੁਰੂ ਹੋਊਂਗਾ ਨਾ। ਚਲੋ ਭਾਜੀ ਮੁੱਢੋਂ ਸ਼ੁਰੂ ਹੋਵਾਂਗੇ ਦੋਵੇਂ, ਹਾਂਜੀ, ਬਹਰਹਾਲ ਚਰਖਾ ਵੇ ਮਾਇਆ ਤੇਰੇ ਵੇਖਣ ਨੂੰ, ਵੇ ਮਾਇਆ ਤੇਰੇ ਵੇਖਣ ਨੂੰ, ਵੇਖਣ ਨੂੰ ਵੇ ਮਾਇਆ ਤੇਰੇ ਵੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਵੇ ਲੋਕਾਂ ਭਾਣੇ ਮੈਂ ਕੱਤਦੀ, ਤੰਦ ਤੇਰੀਆਂ ਯਾਦਾਂ ਦੇ ਪਾਵਾਂ ਵੇ ਮਾਇਆ ਤੇਰੇ ਵੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਹੋਵੇ। ਗੱਭਰੂ ਢਾਬੇ ਦੀ ਇੰਟਰਵਿਊ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ, ਤੇ ਜਿਨ੍ਹਾਂ ਨੇ ਗੱਭਰੂ ਚੈਨਲ ਯੂਟਿਊਬ ਦੇ ਉੱਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਤੇ ਕਲਿੱਕ ਵੀ ਕਰ ਲਓ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ, ਇਹ ਹੈ ਗੱਭਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।